सर अस्सलाम वालेकुम, क्या हाल चाल है? पान खाने लगे थे? हाँ जी। ना खाया करो यार, सेहत खराब कर रहा है। वो तो एक शौक है अपना। चल कैसे दुआएं आपकी, कैसी गुजर रही है? गुजर कुछ भी ना पूछो। क्यों क्यों दे मुराद है? मैं अपने होश दे बीच तकरीबन को तीन तो चार बार इलेक्शन होंदे आ वेख्या, फुल अपनी होश दे बीच। ठीक है कि तीन तो चार बार इलेक्शन खुशहाली, ना मेरे मामी का पुत्र है ना मेरे चाचे का पुत्र है। सीधी गल है, खानी असी अपनी रोटी है, मजदूरी करनी जेड़ी असी खानी जे। नवासी का घूमन 1992 का मैं देखिया, बेनजीर का बहुत अच्छा सी, बेनजीर का भी चंगा सी, बहुत अच्छा सी। ओके यानी कि चंगा सी, बहुत अच्छा सी। ओके फिर नवाशीफ का आया, उस तो भी अच्छा हो गया। ठीक है फिर मशरफ आए साढ़े ते, उन्होंने सानू हल्का हल्का बोहराम ही लियाना शुरू किया। अच्छा जी। उन्होंने चौ पंजा सालों बाद अद्धा घंटा बत्ती का पैकेज कर दिता। अच्छा। उस तो पहले असं छोटे होंदे तक जवान होंदे तक बत्ती ओही ट्रांसफार्म सड़िया तो बत्ती गई, उस नहीं सी जांदे सी, लोड शेडिंग नहीं सी है। ना देखी नहीं कदी। अच्छा ठीक है। साडियां मावां 3-4 हज़ार दे राशन पा लैंदी पूरे महीने का, वाधू राशन 30 हज़ार का। लेकिन तनखावां भी वधियां ना तुहाडियां, कारोबार भी वधने ना सर? तनखावां वधियां, मैं कहना कि मैं अपना घर, अज तुसीं तनखा आम बंदा 25-30 हज़ार लै रहा है, अज तो 20 साल पहले 8-10 हज़ार हुंदी सी। 3500 इधर आओ, इधर नेड़े आओ, 3500 इधर मेरे कोल आओ, इधर 3500 दी ला लो। उस तो बाद साडे जरदारी साहब आए, उन्होंने सानू मौत ही लै दी ना, मेरे पास 6-7 दी आर्मी नौकरी करदी, ओ मौत ही हो गई वामा से। ऐही शख्स जिहड़ा उत्थे बह के धरने देंदा सी, पार दिओ सार दिओ गला दिओ, ओही बंदा जिहड़ा ਉਹ ਕਹਿੰਦਾ ਕਿ ਪੈਟਰੋਲ ਇੰਟਰਨੈਸ਼ਨਲ ਬੜਾ ਮਹਿੰਗਾ ਹੋਇਆ। ਭੈਣ ਕੁਛ ਵੀ ਨਹੀਂ ਮਹਿੰਗਾ ਹੋ ਗਿਆ, ਸਾਨੂੰ ਛਿੱਤਰ ਪੈਂਦੀ ਵੀ ਸਾਡੀ ਕਰੰਸੀ ਨੂੰ, ਕਿੱਥੇ ਵੀ ਚਲੇ ਜਾਓ ਸਾਡੀ ਕਰੰਸੀ ਇੰਜ ਹੋਏਗੀ ਨਾ, ਇੰਜ ਚੁੱਕ ਕੇ ਇੰਜ ਕਰ ਦਿੰਦੇ ਨੇ ਸਾਡੀ ਕਰੰਸੀ, ਸਾਡੇ ਪਾਸਪੋਰਟ ਦੀ ਵੈਲਿਊ ਨਹੀਂ ਗੀ। ਉਹ ਤੇ ਕਹਿੰਦਾ ਪਾਸਪੋਰਟ ਵੈਲਿਊ ਕਿਉਂ ਨਹੀਂ ਹੈ, ਪਾਸਪੋਰਟ ਵੈਲਿਊ ਅੱਜ ਕੱਲ੍ਹ ਸਾਡੇ ਸੂਦੀ ਨਿਜ਼ਾਮ ਨਾਲ ਆਪਣੇ ਮੁਲਕ ਨਾਫਤ ਕੀਤਾ ਹੈ, ਗੁਦਾਨ ਦਾ ਸ਼ਿਕਾਰ ਆ ਸਾਡੇ ਹੁਕਮਰਾਨ ਨੇ, ਸਾਨੂੰ ਗੁਮਰਾਨ ਨਹੀਂ ਕੁਝ ਵੀ ਨਹੀਂ। ਮੈਂ ਕਹਿੰਦਾ ਜਿਸ ਦੇਖੋ 2000 ਇੱਕ ਇੱਕ ਕਰਕੇ ਸੁਣੋ ਅਸੀਂ ਆਪਣੇ ਐਲੇ ਜਿਹੜੇ ਸਾਹਬਾ ਗ੍ਰਾਮ ਦੇਖੇ ਉਹਨਾਂ ਦਾ ਘਰਾਂ ਰੋਟੀ ਨਹੀਂ ਖਾ, ਸ਼ੁਕਰ ਅਦਾ ਕਰੋ ਅਸੀਂ ਸਾਨੂੰ ਰੋਟੀ ਲੱਭ ਰਹੀ, ਸ਼ੁਕਰ ਅਦਾ ਕਰਨਾ ਚਾਹੀਦਾ ਅੱਲਾ ਦਾ, ਮਹਿੰਗੀ ਲੱਭ ਰਹੀ ਸਸਤੀ ਲੱਭ ਰਹੀ, ਲੱਭ ਰਹੀ ਹੈ ਲੱਭ ਗਈ ਲੱਭ ਰਹੀ। ਅਸੀਂ ਬੁਰਾਨ ਦਾ ਸ਼ਿਕਾਰ ਉਦੋਂ ਦੇ ਹੋਏ ਹਾਂ ਜਦੋਂ ਅਸੀਂ ਯੂਦੀ ਲੋਬੀ 'ਚ ਸ਼ਾਮਲ ਹੋਏ, ਯੂਦੀ ਲੋਬੀ 'ਚ ਅੱਲਾ ਦੇ ਨਬੀ ਦੇ ਸਖਤੀ ਨਾਲ ਮਨਾ ਫਰਮਾਇਆ ਕਿ ਸੂਨ ਨੂੰ ਅੱਲਾ ਦੇ ਰਸੂਲ ਨਾਲ ਜਾਂਗੇ, ਜਦੋਂ ਅਸੀਂ ਅੱਲਾ ਦੇ ਰਸੂਲ ਨਾਲ 40 ਸਾਲ ਤੋਂ ਜੰਗ ਕਰ ਰਹੇ ਹਾਂ, ਫਿਰ ਅਸੀਂ ਅੱਲਾ ਕੋਲ ਰਹਿਮਤ ਤੋਂ ਮੰਗ ਰਹੇ, ਫਿਰ ਰਹਿਮਤ ਨਹੀਂ ਅੱਲਾ ਕਰਦਾ, ਅੱਲਾ ਖੁੱਲ੍ਹਮ ਖੁੱਲ੍ਹਾ ਕਹਿੰਦਾ ਜੰਗ ਹੈ, ਜੰਗ ਕਿਉਂ ਕਰਨ ਦੇ 40 ਸਾਲ ਤੋਂ? ਜਨਰਲ ਵਿਆਹ ਤੋਂ ਬਾਅਦ ਜੂ ਤੁਸੀਂ ਨਵਾਸ਼ੀ ਆਇਆ, ਪੀਪਲ ਪਾਰਟੀ ਆਈ, ਜਿਹੜਾ ਵੀ ਆਇਆ ਸਾਨੂੰ ਨੇ ਸੂਦੀ ਨਿਜ਼ਾਮ ਜੀ ਵਾਲਿਆ ਭਾਈਜਾਨ, ਰਿਆਸਤ ਮਦੀਨਾ ਵਾਲੀ ਬੰਦ ਕਰ ਦੇਣਾ ਸਰ, ਕਿਵੇਂ ਕਰੋਗੇ ਤੁਸੀਂ? ਸ਼ਿਕਾਰ ਹੋ ਗਏ ਤੁਸੀਂ ਕਰਦੇ, ਇੱਕ ਮਿੰਟ ਮੇਰੀ ਸੁਣੋ, ਇੱਕ ਮਿੰਟ ਇਹਨਾਂ ਦੀ ਗੱਲ ਦਾ ਮੈਂ ਜਵਾਬ ਦਵਾਂ ਸਰ, ਤੁਸੀਂ ਕਰਜ਼ਾ ਲਾਉਣ ਵਾਸਤੇ ਕਰਜ਼ਾ ਲੈਂਦੇ, ਤੁਸੀਂ ਕਿਵੇਂ ਉਹ ਦੁਖੀ ਨੂੰ ਖਤਮ ਕਰ ਸਕਦੇ ਹੋ ਮੈਨੂੰ ਦੱਸੋ? ਪਿਛਲੇ ਘੁੰਮਤਾ ਆਉਂਦੀਆਂ ਇਹ ਗੱਲ ਮੈਨੂੰ, ਫਿਰ ਕਸੂਰ ਨਵਾਜ਼ ਦਾ ਵੀ ਨਾ ਹੋਇਆ, ਨਹੀਂ ਨਵਾਜ਼ੀ ਦਾ ਨਹੀਂ, ਗੱਲ ਸੁਣੋ, ਜੰਨਤ ਜ਼ਿਆਦ ਤੋਂ ਬਾਅਦ ਜਿਹੜਾ ਵੀ ਆਇਆ, ਨਵਾਜ਼ੀ ਆਇਆ, ਮੁਸ਼ਰਫ ਆਇਆ, ਮਰਾਗ ਆਇਆ, ਜਿਹੜਾ ਵੀ ਆਇਆ ਉਹਨੇ ਸੂਦ ਦੇ ਉੱਤੇ ਮੁਲਕ ਨੂੰ ਚਲਾਇਆ। ਪੋਲਿਸੀ ਕੋਈ ਨਹੀਂ ਤੁਹਾਡੀ ਤਜਾਰਤੀ, ਕੋਈ ਪੋਲਿਸੀ ਹੈਗੀ ਨਹੀਂ, ਜਿਹੜਾ ਆਉਂਦਾ 5 ਸਾਲ ਦੀ ਪੋਲਿਸੀ ਬਣਾਉਂਦਾ ਆਪਣੀ ਚਲਾ ਕੇ ਚਲਾ ਜਾਂਦਾ, ਇਸ ਮੁਲਕ ਨੂੰ ਬੁਰਾਨ ਦਾ ਸ਼ਿਕਾਰ ਹੋ ਰਿਹਾ, ਕੌਣ ਕਰੇਗਾ ਇਸ ਮੁਲਕ ਲਈ? ਕੁਛ ਨਹੀਂ ਕਰੇਗਾ ਤੁਹਾਡਾ ਤਲੀਮੀ ਐਜੂਕੇਸ਼ਨ ਨਿਜ਼ਾਮ, ਬਹੁਤ ਚਾਰਾ ਕੱਲ ਫੋਤ ਹੋ ਗਿਆ, ਉਹਨੇ ਤੁਹਾਡੀ ਸਾਰੀ ਉਮਰ ਪਿੱਟ ਪਿੱਟ ਕੇ ਮਰ ਗਿਆ ਯਾਰ, ਐਜੂਕੇਸ਼ਨ ਦੇ ਤਵੱਜੋ ਦਿਓ, ਐਜੂਕੇਸ਼ਨ ਦਿਓ, ਤੁਸੀਂ ਨਹੀਂ ਦਿੱਤੀ, ਤੁਸੀਂ ਆਪਣੇ ਮੋਸ਼ਨ ਨਾਲ ਸਲੂਕ ਅੱਛਾ ਨਹੀਂ ਕੀਤਾ, ਤੁਸੀਂ ਕੀ ਕਹਿ ਦਿੰਦੇ ਫਾਤਮਾ ਜਨਰਲ ਇਲੈਕਸ਼ਨ ਨਾ ਆਤਾ ਜਨਰਲ ਜੀ ਸਾਨੂੰ ਐਟਮੀ ਸਰ, ਤੁਸੀਂ ਦੂਰ ਸ਼ਿਸ਼ਟੀ ਪੜੋ, ਹਿਸਟਰੀ ਪੜੋ, ਐਟਮੀ ਪਲਾਨ ਦੇ ਉਦੋਂ ਕੀ ਸਲੂਕ ਕੀਤਾ ਤੁਸੀਂ? ਤਰੀਮ ਨੂੰ ਦਿੱਤਾ ਕੀ ਅਸੀਂ? ਕੁਛ ਨਹੀਂ ਕੀਤਾ, ਇੱਕ ਨਾ ਦਿੱਤਾ, ਉਹਨੇ ਤੁਹਾਨੂੰ ਬੜ ਬੜ ਕੇ ਮਰ ਗਿਆ, ਉਹਨੇ ਤੁਹਾਨੂੰ ਕੀ ਗਿਆ 40 ਸਾਲ ਤੋਂ? ਉਹਨੇ ਕਿਹਾ ਐਜੂਕੇਸ਼ਨ ਨੂੰ ਕਰੋ, ਐਜੂਕੇਸ਼ਨ ਕਰੋ, ਐਜੂਕੇਸ਼ਨ ਕਰੋ, ਜਦੋਂ ਤੁਹਾਡੀ ਕੌਮ ਬਾਅਦ ਸ਼ੋਰ ਹੋ ਜਾਏਗੀ, ਪੜ ਲੇਗੀ, ਚੜ ਲੇਗੀ, ਉਹਦਾ ਅਭੀ ਤੱਕ ਕੀ ਕਰਦੇ ਹੋ? ਸਰਕਾਰੀ ਸਕੂਲ ਤੇ ਹੈ ਨਾ ਯਾਰ, ਸਰਕਾਰੀ ਸਕੂਲ ਕੀ ਕਰਨਗੇ? ਸਰਕਾਰੀ ਸਕੂਲ ਪਿਛਲੇ 40 ਸਾਲਾਂ ਤੋਂ ਹੋਇਆ ਹੀ ਕੁਛ ਨਹੀਂ, ਕੁਛ ਨਹੀਂ ਹੈ, ਹੁਣ ਆ ਕੇ ਕੰਮ ਕੁਛ ਵੀ ਨਹੀਂ ਜੇਗਾ। ਮੈਂ ਬੜੇ ਲੋਕਾਂ ਨੂੰ ਜਾਣਦਾ, ਮੈਂ ਭਾਵੇਂ ਮੈਂ ਸਭ ਲੋਕਾਂ ਦੇ ਕਹਿਣਾ ਕਿ ਕਿਰਾਏ ਦਾ ਤਬਕਾ ਜਿਹੜਾ ਵੀ ਹੈ ਐਸਨਾ ਕਰਨ ਨੂੰ ਮਜਬੂਰ ਹੋ ਗਿਆ। ਮੈਂ ਹਕੀਕਤ ਤੁਹਾਨੂੰ ਗੱਲ ਬਿਆਨ ਕਰਨਾ ਪਿਆ ਜੇ ਕਿ ਮਾਲਕ ਮੁਕਾਨ
ਪਹਿਲੀ ਤੋਂ ਲੈ ਕੇ 10 ਤਰੀਕ ਹੁੰਦੀ ਹੈ ਤੇ ਅੱਖਾਂ ਮੱਥੇ ਤੇ ਢਾਲ ਲੈਂਦਾ ਹਾਲੀ ਘਰ ਤੇ ਕਮਾਈ ਹੈ ਉਹ ਆਪਣੇ ਖੁਦਾ ਹੋ ਵੀ ਭੁੱਲ ਗਿਆ ਕਿ ਯਾਰ ਮੇਰੇ ਔਲਾਦ ਵੀ ਕਿਰਾਇਆ ਤੇ ਹੁੰਦੀ ਤੇ ਕੀ ਹੁੰਦਾ ਐਜੂਕੇਸ਼ਨ ਗਵਰਨਮੈਂਟ ਦੀ ਜੋ ਸਟੇਟ ਦੀ ਜ਼ਿੰਮੇਵਾਰੀ ਹੈ ਉਹ ਤਾਂ ਪੂਰੀ ਕਰ ਰਹੀ ਹੈ ਕਿ ਸਟੇਟ ਕੀ ਚੀਜ਼ ਦੀ ਕੋਈ ਜ਼ਿੰਮੇਵਾਰੀ ਕਰ ਰਹੀ ਹੈ ਤੁਹਾਡਾ ਪ੍ਰਾਈਵੇਟ ਸਾਰਾ ਸਿਸਟਮ ਆਊਟ ਹੈ ਉਹ ਪੈਸਾ ਬਣਾ ਰਿਹਾ ਤੜਾਤੜ ਤੁਸੀਂ ਉਹ ਗੱਲ ਸੁਣੋ ਉਹ ਮੁਲਕ ਤਰੱਕੀ ਨਹੀਂ ਕਰਦੇ ਜਿਸ ਮੁਲਕਾਂ ਦੀ ਕਮਾਈ ਦਾ ਨਜ਼ਰੀਆ ਡਾਕਟਰੀ ਜਾਂ ਐਜੂਕੇਸ਼ਨ ਬਣ ਜਾਵੇ ਇਹ ਕਮਾਈ ਦਾ ਨਜ਼ਰੀਆ ਬਣ ਗਿਆ ਪ੍ਰਾਈਵੇਟ ਸਾਰੇ ਜੇ ਸਕੂਲਾਂ ਤੋਂ ਵੀ ਹਸਪੀਟਲ ਤੋਂ ਪ੍ਰਾਈਵੇਟ ਕਰ ਰਹੇ ਕਿਉਂ ਕਰ ਰਹੇ ਇੱਕ ਸੱਚੀ ਜੀ ਹੁਣ ਮੇਰੇ ਭਰਾ ਨੇ ਮੇਰੇ ਨਾਲ ਗੱਲ ਦੱਸਣੀ ਹੈ ਇਹ ਤੁਹਾਡੀ ਮਾਰਕੀਟ ਦੇ ਵਿੱਚ ਲੋਕ ਓਵਰ ਚਾਰਜਿੰਗ ਨਹੀਂ ਕਰਦੇ ਸਰ ਕਰਦੇ ਨੇ ਜ਼ਿਆਦਾ ਮੁਨਾਫਾ ਨਹੀਂ ਲੈ ਰਹੇ ਸਰ ਲੈ ਰਹੇ ਨੇ ਗੱਲ ਇਹ ਨਹੀਂ ਕਿ ਉਹਦੀ ਵਜ੍ਹਾ ਕਿਉਂ ਹੈ ਉਹਦੀ ਵਜ੍ਹਾ ਇਸ ਗੱਲੋਂ ਕਿ ਸਾਡੀ ਕੌਮ ਨੂੰ ਦਾ ਦੀਨ ਦਾ ਬਾਦ ਛੋੜ ਦੇ ਨਾ ਐਜੂਕੇਸ਼ਨ ਦਾ ਬਾਦ ਛੋੜ ਦੇ ਨਹੀਂ ਹੁਣ ਖਾਨ ਸਾਹਿਬ ਤੇ ਦੀਨ ਤੇ ਬੜੀ ਤਵੱਜੋ ਦੇ ਰਹੇ ਨੇ ਸਰ ਦੀਨ ਦੀ ਤਵੱਜੋ ਦੇ ਰਹੇ ਨੇ ਮੜੋ ਸਰਾਜ ਜਦੋਂ ਖਾਨ ਸਾਹਿਬ ਨੂੰ ਅਸੀਂ ਗਲਤ ਨਹੀਂ ਕਹਿੰਦੇ ਮੈਂ ਖਾਨ ਸਾਹਿਬ ਜਿਹੜੇ ਕੰਮ ਕਰਦੇ ਪਹਿਲਾਂ ਸਾਨੂੰ 10 ਜਾਂ 20 ਸਾਲ ਬਾਅਦ ਨਜ਼ਰ ਆਣੇ ਨੇ ਫੋਨ ਨਜ਼ਰ ਨਹੀਂ ਆਣੇ ਕੀ ਕੋਈ ਇੱਕ ਕੰਮ ਦੱਸੋ ਉਹਨਾਂ ਦਾ ਖਾਨ ਸਾਹਿਬ ਦਾ ਕੋਈ ਕੰਮ ਨੂੰ ਅੱਛਾ ਲੱਗਾ ਐਜੂਕੇਸ਼ਨ ਦੇ ਸਰਕਾਰ ਦੇ ਨਾਂ ਚੇਂਜ ਕੀਤਾ ਸਰ ਨਹੀਂ ਸਰਕਾਰ ਨਾਂ ਚੇਂਜ ਕਰਨ ਸਾਡਾ ਸਰਕਾਰ ਮਸਲਾ ਹੀ ਨਹੀਂ ਹੈ ਮੈਂ ਸਰਕਾਰ ਕਹਿੰਦਾ ਤੰਗ ਕਰ ਦਿਓ ਮੈਨੂੰ ਕੋਈ ਇੱਕ ਕੰਮ ਦੱਸੋ ਨਾ ਜਿਹੜਾ ਮੈਨੂੰ 20 ਸਾਲ ਬਾਅਦ ਪਤਾ ਚੱਲੇ ਖਾਨ ਬੜਾ ਚੰਗਾ ਕਰ ਗਿਆ ਖਾਨ ਕਾੜਿਆ ਐਜੂਕੇਸ਼ਨ ਇੱਕ ਜਿਹਾ ਸਾ ਕਾੜਿਆ ਪਹਿਲਾਂ ਉਹਦੀ ਹੋਏਗਾ ਜੀ ਮੈਨੂੰ ਪਸੰਦ ਆਈ ਜਿਹੜਾ ਵਰਸ ਗੇਰ ਲਾਤਾ ਉਹਨੇ ਉਡਵਸ ਗੇਰ ਲੈਂਦਾ ਮੈਂ ਕੋਸ਼ਿਸ਼ ਸਰ ਇਹੀ ਗੱਲ ਤਾਂ ਮੈਂ ਕਹਿੰਦਾ ਪ੍ਰਾਈਵੇਟ ਸਕੂਲਾਂ ਦੇ ਮਾਫੀਆ ਬਣ ਗਏ ਨੇ ਸਰ ਇੱਕ ਸੈਕਿੰਡ ਹੈ ਸਰ ਇੱਕ ਸੈਕਿੰਡ ਸਰ ਕੁਝ ਵੀ ਨਹੀਂ ਕਾੜਿਆ ਮੈਂ ਕਿਦੋਂ ਕਹਿ ਰਿਹਾ ਕੁਝ ਕਾੜਿਆ ਤੇ ਕਰੇ 20 ਸਾਲ ਬਾਅਦ ਪਤਾ ਲੱਗੇਗਾ ਸਰ ਕੋਈ ਐਜੂਕੇਸ਼ਨ ਦੇ ਬੱਚੇ ਸਾਡੇ ਪੜ੍ਹ ਕੇ ਵੱਡੇ ਹੋਣਗੇ ਤੇ ਉਹ ਪਤਾ ਲੱਗੇਗਾ ਨਾ ਕਿ ਉਹ ਐਜੂਕੇਸ਼ਨ ਦਾ ਨਾਮ ਥਈ ਜੇ ਸਰ ਜੁਆ ਖੇਡ ਰਹੇ ਹੋ ਨਾ 20 ਸਾਲਾਂ ਬਾਅਦ ਪਤਾ ਲੱਗੇਗਾ ਸਰ ਉਹ ਪੂਰੀ ਦੁਨੀਆ ਹੀ ਕਾੜੀ ਜੁਆ ਨਹੀਂ ਰਹਿਣਾ ਕਿ ਨਹੀਂ ਰਹਿਣਾ ਰਹਿਣਾ ਲੋ ਥੈਂਕ ਯੂ ਭਾਈ ਸਾਹਿਬ अस्सलाम वालेकुम भाईजान जी जी क्या लेने आए सर जान नमाज खरीदने के लिए आए हैं अच्छा माशाल्लाह माशाल्लाह नमाज पढ़ने की मन भी दुआ में याद रख बिल्कुल जरूर इंशाल्लाह कैसी गुजर रही है सर बस अल्लाह अल्लाह करके गुजर रही है इससे बेहतर क्या हो सकती है अल्लाह अल्लाह करके गुजरने से अल्लाह अल्लाह करके गुजर रही है लेकिन महंगाई जेड़ा बुरा हाल कर रही है आवाम दा तनहावां दा हाल नहीं रह गया तनहादार तबके हैं तनहावां च इजाफा नहीं आया महंगाई 200 गुना वध गई मौलवी साहब मैं सुनया है कि पेट्रोल ते इंटरनेशनली वधया है ना हां पेट्रोल वधेगा ते हर चीज दी कीमत वधेगी हां जी चलो आवाम ने सहूलियात तो होनी दिन तनखावा बधाने आवाम दी फिर उस हिसाब न ਹੁਣ ਮੇਰੇ ਬੋਝੇ ਦੀ 5 ਰੁਪਏ ਹੋਣ ਤੇ ਮੈਂ ਆਪਣੇ ਮੁਲਾਜ਼ਮ ਨੂੰ ਜਾਂ ਕਿਸੇ ਵੀ ਵਰਕਰ ਨੂੰ 50 ਜੋ 4.5 ਨੂੰ ਦੇ ਦਿਆਂ ਤੇ ਫਿਰ ਆਪਣੇ ਖਰਚੇ ਕਢਾ ਲੈਣ ਹਾਂ ਆਪਣੇ ਖਰਚੇ ਐਮਪੀ ਐਮਐਨਏ ਨੇ ਜਿਹੜੇ ਵਜ਼ੀਰ ਨੇ ਮਿਨਿਸਟਰ ਨੇ ਉਹਨਾਂ ਦੀ ਤਨਖਾਹਾਂ ਘਟਾਉਣ ਇਹ ਤੇ ਖਾਨ ਸਾਹਿਬ ਕਹਿੰਦੇ ਸਨ ਵੀ ਮੈਂ ਮਿਨਿਸਟਰ ਬੜੇ ਘੱਟ ਰੱਖਾਂਗਾ ਹਾਂ ਤੇ ਹੁਣ ਤੇ ਮਿਨਿਸਟਰਾਂ ਦੀ ਫੌਜ ਲੱਗੀ ਹੈ 55-56 ਦੇ ਨੇੜੇ ਆ 55-56 ਉਸ ਤੋਂ ਬਾਅਦ ਮਸ਼ੀਰਾਨ ਬਹੁਤ ਜ਼ਿਆਦਾ ਨੇ ਹਾਂ ਐਡਵਾਈਜ਼ਰ ਬਹੁਤ ਜ਼ਿਆਦਾ ਨੇ ਉਹ ਸਾਰੇ ਸਹੂਲੀਅਤ ਲੈ ਰਹੇ ਨੇ ਐਡਵਾਈਸ ਕਰਨ ਦੀ ਟੀਮ ਨਹੀਂ ਹੋਏਗੀ ਤੇ ਖਾਨ ਸਾਹਿਬ ਮੁਲਕ ਕਿਵੇਂ ਚਲਾਣਗੇ ਤੇ ਸਾਰਾ ਅਗਰ ਜੇ ਖਾਨ ਸਾਹਿਬ ਇਸ ਕਾਬਲ ਨਹੀਂ ਹੈਗੇ ਤੇ ਫਿਰ ਕਿਉਂ ਹਕੂਮਤ ਤੇ ਆਏ ਨੇ ਮੈਂ ਕਹ ਰਿਹਾ ਐਡਵਾਈਸ ਕਰਨ ਵਾਲੀ ਟੀਮ ਜਿਹੜੀ ਹੈ ਐਡਵਾਈਸ ਕਰਨ ਵਾਲੀ ਟੀਮ ਇਹੀ ਕਹਿੰਦੇ ਸਨ 15-16 ਬੰਦੇ ਹੋਣੇ ਚਾਹੀਦੇ ਨੇ ਅਮਰੀਕਾ ਦੀ ਮਿਸਾਲਾਂ ਦਿੰਦੇ ਸਨ ਚਾਈਨਾ ਦੀਆਂ ਮਿਸਾਲਾਂ ਦਿੰਦੇ ਸਨ ਉਦੋਂ ਤੇ ਹਾਂ ਉਦੋਂ ਦਿੰਦੇ ਸਨ ਉਦੋਂ ਤੇ ਮਿਸਾਲਾਂ ਬੜੀਆਂ ਦਿੰਦੇ ਸਨ ਨਾ ਸਾਡੇ ਲੀਡਰ ਤੇ ਹੁਣ ਜਿਹੜੇ ਲੀਡਰ ਦੇ ਹਾਲਾਤ ਇਹ ਨੇ ਵੀ ਲੈਣਾ ਹੀ ਲਈਆਂ ਨੇ ਐਮਪੀ ਐਮਐਨਏ ਦੀ ਜਿਹੜੇ ਜਿੰਨੇ ਵੀ ਐਮਪੀ ਐਮਐਨਏ ਨਹੀਂ ਵੀ ਆ ਤਾਂ ਉਹਨਾਂ ਨੂੰ ਵਜ਼ੀਰਾਂ ਦੇ ਦਰਜੇ ਦਿੱਤੇ ਨੇ ਅਗਰ ਦੂਸਰੇ ਕੰਟਰੀ ਵਿੱਚ ਹਮ ਦੇਖੇ ਨਾ ਉਨਕੇ ਜੋ ਐਮਐਨਏ ਐਮਪੀਐਸ ਵਗੈਰਾ ਉਹ ਐਂਡ ਪੇ ਮਰਾਦ ਨਹੀਂ ਲੈਤੇ ਪੈਨਸ਼ਨ ਵਗੈਰਾ ਹਮਾਰੇ ਹੀ ਇਨਕੇ ਲਈ ਜਬ ਇਹ ਇਨਕੀ ਐਮਐਨਏਸ਼ਿਪ ਖਤਮ ਵੀ ਹੋ ਜਾਂਦੀ ਹੈ ਇਨਕੋ ਸਾਰੀ ਮਰਾਦੇ ਮਿਲਤੀ ਹੈ ਦੂਸਰੇ ਮਿਲਕੋ ਮੈਂ ਨਹੀਂ ਮਿਲਤੀ ਇਹ ਲੋਗੋ ਕੀ ਖਿਦਮਤ ਕੇ ਲਈ ਆਏ ਹੈ ਇਹ ਆਪਣੇ ਪੈਸੇ ਕਮਾਣੇ ਕੇ ਲਈ ਨਹੀਂ ਆਏ ਇਨਕੋ ਜੀ ਇਸਮੇ ਮੇਰੇ ਭਾਈ ਫਿਰ ਮੌਜੂਦਾ ਹੁਕਮਰਾਨ ਨਹੀਂ ਫਿਰ ਤਾਂ ਸਾਰੇ ਹੁਕਮਰਾਨ ਹੀ ਰਗੜੇ ਜਾਂਦੇ ਨਾ ਇਸਮੇ ਤੋਂ ਸਰ ਉਹ ਫਿਰ ਐਸਾ ਹੋਣਾ ਚਾਹੀਏ ਇਹ ਫਿਰ ਮੁਲਕ ਤੋਂ ਨਹੀਂ ਹੈ ਨਾ ਇੱਕ ਬੰਦਾ ਆਤਾ ਆਪਣੇ ਪੈਸੇ ਕਮਾਤਾ ਉਹ ਚਲਾ ਜਾਂਦਾ ਹੈ ਇਹ ਤਾਂ ਫਿਰ ਕੋਈ ਬਾਤ ਨਹੀਂ ਇਹ ਤਾਂ ਪਹਿਲੇ ਵਾਲਾ ਹੀ ਹਾਲ ਹੈ ਨਾ ਬਾਤ ਜਾਈਏ ਕਿ ਜੋ ਪੈਨਸ਼ਨਸ ਹੈ ਸਾਰਾ ਕੁਝ ਬੰਦ ਕਰ ਦੇ ਸਰ ਜੋ ਐਮਐਨਏ ਐਮਪੀਐਸ ਵਗੈਰਾ ਕੀ ਸਰਕਾਰੀ ਮੁਲਾਜ਼ਮ ਕੀ ਕਿਉਂ ਦੇਖੇ ਉਹ ਖਿਦਮਤ ਕੇ ਲਈ ਆਏ ਹਨ ਤਾਂ ਫਿਰ ਲੋਕੋ ਕੀ ਖਿਦਮਤ ਕਰੇ ਇਹ ਤਾਂ ਨਹੀਂ ਆਪਣੇ ਆਫਿਸ ਮੇ ਬੈਠੇ ਹੈ ਬਾਹਰ ਆਵਾਮ ਜ਼ਲੀਲ ਹੋ ਰਹੀ ਹੈ ਇਹ ਕੋਈ ਬਾਤ ਥੋੜੀ ਹੈ ਅੱਛਾ ਸਿਰਫ ਐਮਐਨਏ ਐਮਪੀਐਸ ਕੀ ਇਨਕੀ ਸਾਰੀ ਮੁਰਾਦ ਬੰਦ ਹੋਣੀ ਚਾਹੀਦੀ ਹੈ ਔਰ ਵੀ ਜੋ ਬਿਊਰੋਕਰੇਟਸ ਹੈ ਜੋ ਕੰਮ ਨਹੀਂ ਕਰਦੇ ਬਿਊਰੋਕਰੇਟ ਯਾਰ ਸਾਰੀ ਜ਼ਿੰਦਗੀ ਆਪਕੋ ਦੇ ਰਿਹਾ ਹੈ ਸਾਰੀ ਜ਼ਿੰਦਗੀ ਕੰਮ ਕਰਦਾ ਹੈ ਸਰ ਤੁਹਾਡੇ ਮਾਮਲਾ ਚਲਾਉਂਦਾ ਹੈ ਐਂਡ ਜਨੂੰ ਪੈਨਸ਼ਨ ਵੀ ਨਾ ਲੱਭੇ ਨਹੀਂ ਪੈਨਸ਼ਨ ਤੋਂ ਕੌਣ ਇਨਕਾਰ ਕਰ ਰਿਹਾ ਹੈ ਜਿਹੜੀ ਜਿਹੜੀ ਲੀਗਲ ਉਹਨੂੰ ਸਹੂਲੀਅਤ ਹੈ ਨਾ ਗਵਰਨਮੈਂਟ ਦੇ ਨੇ ਹੁਣ ਮਿਲਣੇ ਚਾਹੀਦੇ ਨੇ ਸਰਕਾਰੀ ਗਾੜੀ ਹੱਕ ਹੈ ਸਰਕਾਰੀ ਗਾੜੀ ਆਪਕੇ ਮੇਰੇ ਲਈ ਸਭ ਮੇਰੀ ਬਾਤ ਸੁਣੀ ਟੀਚਰ ਦਾ ਵੀ ਤੋ ਹੱਕ ਹੈ ਨਾ ਉਹ ਵੀ ਤਾਂ ਸਟਾਰ ਵੇ ਗ੍ਰੇਡ ਕਾ ਹੁੰਦਾ ਹੈ ਨਾ ਉਹਨਾਂ ਕਿਉਂ ਇਹ ਬਾਤ ਕੀ ਆਪਣੀ ਟੀਚਰ ਕਾ ਮੇਰੇ ਭਾਈ ਸਭ ਤੋਂ ਜ਼ਿਆਦਾ ਬੱਚੋ ਕੋ ਪੜਾਤੇ ਹੈ ਹਰ ਚੀਜ਼ ਪੜਾਤੇ ਹੈ ਟੀਚਰ ਕਾ ਸਭ ਤੋਂ ਜ਼ਿਆਦਾ ਐਮਐਨਏ ਐਮਪੀਏ ਜੋ ਆਪਣੇ ਗਵਰਨਮੈਂਟ ਸਕੂਲਾਂ ਮੇ ਦਾਖਲ ਕਰਵਾਏ ਉਹਨਾਂ ਕੋ ਪਤਾ ਚੱਲੇ ਕਿਤਨੀ ਪੜਾਈ ਹੈ ਪ੍ਰਾਈਵੇਟ ਮਾਰੋ ਮਾਰ ਲੱਗੇ ਇਹ ਵਾ ਇਤਬਾਹ ਨਹੀਂ ਕਰਨੇ ਜਾਂਦੇ ਸਰਕਾਰੀ ਸਕੂਲਾਂ ਮੇ ਬਾਤ ਹੈ ਫਿਰ ਕੈਸੇ ਬਸ ਪਟੀਆਂ ਲੱਗ ਜਾਣੇ ਬਸ ਬੱਚੇ ਪੜਾਉਣ ਦਿੱਲੀ ਤੋਂ ਨਹੀਂ ਉਹ ਪਹਿਲੇ ਵਾਲੀ ਹਕੂਮਤ ਵਾਲਾ ਹੀ ਹਾਲ ਹੈ ਹਮਾਰਾ ਤਾਂ ਫਿਰ ਐਸੇ ਹੀ ਕੋਈ ਤਬਦੀਲੀ ਨਹੀਂ ਫੇਲਿਅਰ ਸ਼ੋ ਅਮੇ ਤੋਂ ਫਿਰ ਅੱਲਾਹ ਤਾਲਾ ਹੀ ਹੈ ਨਾ ਉਹ ਤੇ ਹੈ ਹੀ ਹੈ ਬਸ ਅੱਲਾਹ ਹੀ ਬਾਏ ਬਾਏ ਥੈਂਕ ਯੂ